हलका दसूआ के जंगलों में वन माफिया वालों आए दिन जंगल विचों बेसकीमती खैर की लकड़ की तस्करी की जाती है। इसका ताज़ा मामला वन विभाग बल्ला रेंज पिंड सेसो नेकनामा के जंगलों का सामने आया है। वन माफिया वालों पहला तो सरकारी रकबे विचों खैर की चोरी की जाती सी, पर हुण पिंड के लोगों का कहना है कि चोरों के हौसले इन्ने वध चुके हैं कि चोर लोगों की मलकीत रकबे विचों भी खैर की चोरी बेखौफ कर रहे हैं। बाकी की है पूरा मामला तुसी भी देखो पंजाब नेशन तो जसबीर सिंह की विशेष रिपोर्ट। ਸਾਡੀ ਸੀਗੀ ਜੀ ਤੇ ਕਿਹੜੇ ਪਿੰਡ ਦੇ ਵਿੱਚ ਪੈਂਦੀ ਹੈ ਜ਼ਮੀਨ ਇਹ ਸੈਂਸੋ ਨੇਕਨਮ ਅੱਛਾ ਜੀ ਤੇ ਕਿ ਇਹ ਜਿਹੜੇ ਰੁੱਖ ਵੱਡੇ ਗਏ ਨੇ ਕਿਹਨਾਂ ਵੱਲੋਂ ਵੱਡੇ ਗਏ ਨੇ ਇਹ ਜਿਹੜੇ ਰੁੱਖ ਵੱਡੇ ਗਏ ਨੇ ਇਹ ਸਾਡੇ ਇੱਥੋਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਹੀ ਬੰਦੇ ਆ ਤੇ ਇੱਕ ਗਲੋਰ ਦੋ ਬੰਦਾ ਕੋਈ ਜੀ ਤੇ ਉਹਨਾਂ ਦੇ ਸੱਤਾਂ ਬੰਦਿਆਂ ਦੇ ਨਾਮ ਆਏ ਜੀ ਸਾਡੇ ਕੋਲ ਜੀ ਤੇ ਤਿੰਨ ਬੰਦੇ ਉਸ ਟਾਈਮ ਜਦੋਂ ਵੱਡ ਹੋ ਗਏ ਅਸੀਂ ਜਦੋਂ ਆਪਣੇ ਅਸੀਂ ਰਕਬੇ 'ਚ ਗਏ ਹਾਂ ਤੇ ਉੱਥੇ ਦੇਖਿਆ ਜਾ ਕੇ ਵੀ ਸਾਰੇ ਦਰਖਤ ਵੱਡੇ ਪਏ ਸੀ ਤੇ ਥੋੜਾ ਜਿਹਾ ਸਮਾਨ ਸਾਨੂੰ ਮਿਲਿਆ ਥੋੜੇ ਦਰਖਤ ਤੇ ਬਾਕੀ ਤਾਂ ਉਹ ਲੈ ਗਏ ਸੀ। ਕਿੰਨੇ ਕੁ ਦਰਖਤ ਸੀਗੇ ਕਿੰਨੇ ਗਿਣਤੀ ਸਾਡੇ 30-35 ਦਰਖਤ ਮਤਲਬ ਬੂਟੇ ਆ ਜਿਹੜੇ ਮਤਲਬ 24 ਤੇ ਉਦਾਂ ਮਤਲਬ ਮੁੰਡ ਤੋਂ ਗਏ ਨੇ ਬਾਕੀ ਮੁੰਡ ਤੋਂ ਪੁੱਟੇ ਪਏ ਆ ਜੀ। ਹਾਂਜੀ ਤੇ ਜਿਹੜੇ ਮਤਲਬ ਕਿ ਤੁਹਾਡੇ ਵੱਲ ਤੁਸੀਂ ਕਿੰਨੇ ਬਰਾਮਦ ਕੀਤੇ ਜਿਹੜੇ ਤੁਹਾਨੂੰ ਕੋਈ ਮਿਲਿਆ ਉੱਥੇ ਕੋਈ ਬੂਟਾ ਵਗੈਰਾ? ਹਾਂਜੀ ਹਾਂਜੀ ਸਾਨੂੰ ਇਹ ਜਿਹੜੇ ਆ ਇੱਥੇ ਰੱਖੇ ਆ ਜੀ ਇਹ ਮਿਲੇ ਆ ਸਾਨੂੰ ਜਿਹੜੇ ਤੁਹਾਨੂੰ ਦਿਖਾਉਂਦੇ ਪਏ ਆ ਇੱਧਰ ਜੀ ਤੇ ਬਾਕੀ ਤਾਂ ਸਾਰੇ ਲੈ ਗਏ ਉਹ। ਤੇ ਇਹਦੇ ਸੰਬੰਧ ਵਿੱਚ ਕੋਈ ਕੰਪਲੇਨ ਕੀਤੀ ਤੁਹਾਡੇ ਵੱਲੋਂ? ਹਾਂਜੀ ਅਸੀਂ ਉਸ ਟਾਈਮ ਅਸੀਂ ਗਾਰਡ ਅਜੇ ਨੂੰ ਮਤਲਬ ਬੁਲਾਇਆ ਸੀ ਮੌਕੇ ਤੇ ਆਏ ਨੇ ਉਹ ਆਪਣੇ ਮਤਲਬ ਲੇਬਰ ਵੀ ਨਾਲ ਸੀ ਉਹਨਾਂ ਦੇ ਉਹਨਾਂ ਨੇ ਹੀ ਸਮਾਨ ਚੱਕ ਕੇ ਸਾਡੇ ਇੱਥੇ ਘਰ ਰੱਖਿਆ ਤੇ ਮਤਲਬ ਨੰਬਰ ਵਗੈਰਾ ਉਹਨਾਂ ਨੇ ਲਾਏ ਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਉਹਨਾਂ ਨੇ ਤਿੰਨ ਬੰਦੇ ਸਾਡੇ ਕੋਲ ਫੜ ਕੇ ਲਿਆਂਦੇ ਆ ਉਹਨਾਂ ਨੇ ਅੱਗੇ ਤਿੰਨਾਂ ਬੰਦਿਆਂ ਨੇ ਕਬੂਲ ਕੀਤਾ ਅੱਗੇ ਵੀ ਸਾਡੇ ਨਾਲ ਹੋਰ ਵੀ ਬੰਦੇ ਹੈਗੇ ਆ ਉਹ ਸਾਰੇ 7 ਬੰਦੇ ਦੱਸੇ ਉਹਨਾਂ ਨੇ ਤੇ ਜਿਸ 'ਚ ਸਾਨੂੰ ਪਤਾ ਲੱਗਦਾ ਕਿ ਇਹ ਕਿ ਮਹਿਕਮੇ ਨੂੰ ਮਹਿਕਮੇ ਨੇ ਪਹਿਲਾਂ ਕੰਮ ਠੀਕ ਕਰਦੇ ਪਏ ਸੀ ਉਸ ਤੋਂ ਬਾਅਦ ਮਹਿਕਮੇ 'ਤੇ ਦਬਾਅ ਪਾਇਆ ਉਹਨਾਂ 'ਤੇ ਵੀ ਤੁਸੀਂ ਇਹਨਾਂ 'ਤੇ ਮਤਲਬ 2 ਕੁ ਬੰਦਿਆਂ 'ਤੇ ਕਾਰਵਾਈ ਕਰੋ ਬਾਕੀ ਛੱਡ ਦਿਉ ਅਤੇ ਉਸ ਮਹਿਕਮਾ ਸਾਡੇ ਘਰ ਆ ਕੇ ਉਹਨਾਂ ਨੇ 2 ਬੰਦਿਆਂ ਦੇ ਨਾਂ ਸਾਡੇ ਕਹਿੰਦੇ ਵੀ 2 ਬੰਦਿਆਂ ਦੇ ਨਾਂ ਬਾਕੀ ਦੀ ਅਸੀਂ ਮਤਲਬ ਨਹੀਂ ਦੇਣੇ ਅਸੀਂ ਉਹਨਾਂ ਨੂੰ ਕਿਹਾ ਕਿ ਜਦ ਤੁਹਾਡੇ ਸਾਹਮਣੇ ਉਹਨਾਂ ਨੇ ਕਬੂਲ ਕੀਤਾ 7 ਬੰਦੇ ਆ ਤਾਂ ਤੁਸੀਂ ਉਹ ਦਿਓ ਫਿਰ ਉਹਨਾਂ ਨੇ ਸਾਡੇ ਘਰ ਬੈਠ ਕੇ ਲਿਖੇ ਐਪਲੀਕੇਸ਼ਨ ਲਿਖੀ ਆ ਸਾਤੋਂ ਸਾਈਨ ਕਰਾਇਆ ਉੱਥੇ ਆਪਣੇ ਦਸੂਏ ਕਹਿੰਦੇ ਅਸੀਂ ਦੇ ਕੇ ਆਏ ਹਾਂ ਸੰਡੇ ਨੂੰ ਅਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਜਿਹੜੇ ਬੰਦੇ ਹਿਰਾਸਤ 'ਚ ਲਏ ਗਏ ਉਹਨਾਂ ਵੱਲੋਂ ਕੋਈ ਲੱਗਿਆ ਮਹਿਕਮੇ ਵੱਲੋਂ ਕੋਈ ਬੰਦਾ ਹਿਰਾਸਤ 'ਚ ਲਿਆ ਗਿਆ ਹੋਵੇ? ਜਿਹੜਾ ਬੰਦਾ ਹਾਨੀ ਹਾਲੇ ਤੱਕ ਕੋਈ ਨਹੀਂ ਫੜਿਆ ਗਿਆ ਸਾਨੂੰ ਇਹ ਦੱਸਿਆ ਜੀ ਉਹਨਾਂ ਨੇ ਕਿ ਅਸੀਂ ਮੈਂ ਸਵੇਰੇ ਕਾਲ ਕੀਤੀ ਸੀ ਆਪਣੇ ਮਹਿਕਮੇ ਨੂੰ ਅਤੇ ਉਹ ਕਹਿੰਦੇ ਕਿ ਅਸੀਂ ਦੇ ਦਿੱਤਾ ਹੈ ਪਰਚਾ ਕੱਟ ਹੋ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਤੁਹਾਡੇ ਕੋਲ ਕੋਈ ਕਾਪੀ ਵਗੈਰਾ ਦਿੱਤੀ ਹੋਵੇ? ਸਾਨੂੰ ਉਹਨਾਂ ਨੇ ਕੋਈ ਕਾਪੀ ਨਹੀਂ ਦਿੱਤੀ ਅਸੀਂ ਰੇਂਜਰ ਸਾਹਿਬ ਨੂੰ ਫੋਨ ਕੀਤਾ ਮਤਲਬ ਗੱਲ ਹੋਈ ਸੀ ਕੱਲ੍ਹ ਆਏ ਸੀ ਮੌਕੇ 'ਤੇ ਤਾਂ ਉਹਨਾਂ ਨੂੰ ਅਸੀਂ ਕਿਹਾ ਸਾਨੂੰ ਕਾਪੀ ਦਿਓ ਤਾਂ ਉਹ ਕਹਿੰਦੇ ਤੁਹਾਨੂੰ ਸੈਂਡ ਕਰ ਦਿੰਦੇ ਹਾਂ ਪਰ ਸਾਨੂੰ ਉਹਨਾਂ ਨੇ ਕਾਪੀ ਨਹੀਂ ਦਿੱਤੀ ਅਸੀਂ ਕਿਹਾ ਆਪੇ ਅਸੀਂ ਕਰਾ ਲੈਂਦੇ ਹਾਂ ਕਹਿੰਦੇ ਨਹੀਂ ਅਸੀਂ ਤੁਹਾਨੂੰ ਸੈਂਡ ਕਰਦੇ ਹਾਂ ਜਿਹੜਾ ਇੱਕ ਗੱਲ ਹੈਗੀ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਪਹਿਲੇ ਵੀ ਤੁਹਾਡੇ ਪਿੰਡ 'ਚ ਕਦੇ ਹੋਇਆ ਜਿਹਦਾ? ਹਾਂਜੀ ਹਾਂਜੀ ਹੁਣੇ 10-15 ਦਿਨ ਪਹਿਲੇ ਸਰਕਾਰੀ ਉਹਦੇ 'ਚੋਂ 6 ਨੰਬਰ 'ਚੋਂ ਵੱਢਿਆ ਗਿਆ ਜੀ ਸਮਾਨ ਅਤੇ ਉਹ ਜਿਹੜੇ ਚੋਰ ਫੜੇ ਗਏ ਸੀ ਉਹਨਾਂ ਤੋਂ ਇਹਨਾਂ ਨੇ ਮਤਲਬ 9-10 ਬੂਟੇ ਸੀਗੇ ਉਹ ਜਿਨ੍ਹਾਂ ਤੋਂ ਉਹਨਾਂ ਨੇ ਸਿਰਫ ਸਾਨੂੰ ਪਤਾ ਲੱਗਿਆ ਕਿ 70,000 ਰੁਪਈਆ ਸਾਰਾ ਲਿਆ ਜੀ ਤੇ ਉੱਪਰ ਤੱਕ ਇਹਨਾਂ ਨੇ ਗੱਲ ਨਹੀਂ ਪਜਾਈ ਇੱਥੇ ਹੀ ਰਫਾ ਦਫਾ ਕਰਤੀ। ਅਗਰ ਜੇ ਇਹੀ ਬੰਦੇ ਅੱਗੇ ਗਏ ਹੁੰਦੇ ਤੇ ਅੱਜ ਸਾਡਾ ਜਿਹੜਾ ਇਹ ਮਤਲਬ ਸਮਾਨ ਮਤਲਬ ਦਰਖਤ ਕੱਟੇ ਗਏ ਨਹੀਂ ਕੱਟ ਹੋਣੇ ਸੀ। ਕੀ ਮੰਗ ਕਰਦੇ ਹੁਣ? ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਇਹਨਾਂ ਨੂੰ ਜਿਹੜੇ ਬੰਦੇ ਆ ਇਹਨਾਂ ਨੂੰ ਫੜੋ ਤੇ ਜਿਹੜਾ ਸਾਡਾ ਮਤਲਬ ਬਣਦਾ ਸਾਨੂੰ ਦਿਓ ਇਹਨਾਂ ਤੋਂ ਸਖ਼ਤ ਕਾਰਵਾਈ ਕਰੋ ਇਹਨਾਂ ਤੋਂ ਜਿਹੜਾ ਕਿ ਅੱਗੇ ਤੋਂ ਕਿਸੇ ਦਾ ਮਤਲਬ ਇਹ ਇੱਦਾਂ ਦਰਖਤ ਨਾ ਕੱਟੇ ਜਾਣ। ਅੱਜ ਤਾਂ ਦਰਖਤ ਕੱਟਦੇ ਹੋਏ ਕੱਲ੍ਹ ਨੂੰ ਘਰਾਂ ਦੇ ਵਿੱਚ ਚੋਰੀਆਂ ਕਰ ਸਕਦੇ ਨਾ ਇਹ ਜੀ। ਹਾਂਜੀ ਜੀ ਵਿਜੇ ਕੁਮਾਰ ਪਿੰਡ ਸੈਂਸੋ ਨੇਕਨਾਵਾ ਜੀ ਅਸੀਂ ਮੌਕੇ ਦਾ ਤੁਹਾਨੂੰ ਯਾਨੀ ਕਿ ਜਿਹੜੀ ਸਾਡੇ ਮਲਕੀਤੀ ਰਕਬੇ ਦੇ ਵਿੱਚੋਂ ਜਿਹੜੇ ਸਾਡੇ ਖੈਰ ਵਢੋਏ ਨਾ ਅਸੀਂ ਤੁਹਾਨੂੰ ਮੌਕਾ ਉੱਥੇ ਜਾ ਕੇ ਦਿਖਾ ਦਿੱਤਾ ਔਰ ਬਾਕੀ ਜਿਹੜਾ ਸਾਨੂੰ ਥੋੜ੍ਹਾ ਜਿਹਾ ਮਾਲ ਮਿਲਿਆ ਔਰ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਇਹਦੀ ਵੀ ਫੋਟੋ ਖਿਚਾ ਦਿੱਤੀ ਹੈ ਔਰ ਇਹ ਜੋ ਹੈ ਰਾਤ ਨੂੰ ਚੋਰੀ ਵਢੋਇਆ ਇਹ ਔਰ ਕੁਛ ਬੰਦੇ ਪਕੜੋਏ ਨੇਗੇ ਔਰ ਕੁਛ ਬੰਦੇ ਜਿਹੜੇ ਹੈਗੇ ਨੇਗੇ ਉਹਨਾਂ ਦੇ ਨਾਂ ਨਾਲ ਦਿੱਤੇ ਜਿਹੜੇ ਉਹਨਾਂ ਦੇ ਨਾਲ ਐਡ ਹੋਏ ਕਿਉਂਕਿ ਜਿਹੜਾ ਪਹਿਲਾਂ ਵੀ ਸਰਕਾਰੀ ਮਹਿਕਮੇ ਦੇ ਵਿੱਚੋਂ ਵੀ ਰਕਬੇ ਵਿੱਚੋਂ ਜਿਹੜਾ ਮਾਲ ਵਢੋਇਆ ਔਰ ਬੰਦੇ ਫੜੇ ਉਹ ਔਰ ਉਹਨਾਂ ਨੂੰ ਇੱਥੇ ਹੀ ਰਫਾ ਦਫਾ ਕਰਕੇ ਛੱਡ ਦਿੱਤਾ।
इस करके उन्होंने सरकारी महक ज रकबे के चो खत्म हो गया, हूँ मलकीती रकबे उन्होंने रात को वढ़ना शुरू करता। तुहानू की लगता कि जिस तरह ये वढ़दे हैगे सरकारी चो भी वढ़ लैंदे लोगों की जिहड़ी निजी जमीनां चो भी वढ़ लैंदे, की लगता प्रशासन की जे मिली भुगत ना होंदी तो यह अगे काम नहीं हुंदा है, क्योंकि इन्हां नू पहले भी यानी कि इत्थे ही रफा दफा करके उपरों इन्हां दी मिल के इत्थे छड़ छड़ाल करता इन्हां दा, क्योंकि ये जो है दफा चार दे विचों बढ़ोरे ने इहदे पर बहुत पाबंदी है। असी खुद मालक भी ये तो खैर है, असी अपनी जिहड़ी साडी घर वरतण वाली लकड़ी असी उहनूं भी नहीं वढ़ सकदे। दफा चार है गी, चार दफा दे विच है। हाँ जी दफा चार दे विच है जी, इहनूं बगैर परमिशन तो वढ़ नहीं सकदा इहनूं कोई भी। और इन्हां दे इतने हौसले यानी कि बढ़ गए देणगे इन्हां दे भई ये इन्हों कोई दफा चार का नहीं, चाहे दफा पांच भी लग जाए इन्हों वास्ते तो बस उ है जिस तरह जोड़ा नेकनामा है जो वडला दफा चार दे। हाँ जी दफा चार दे कंडी एरिया जी, कंडी एरिया कंडी एरिया, और ये यानी कि जी बगदी जमीन हैगी बहुत थोड़ी है, और सानू थोड़ा आमदन जी हैगी है यही जंगल की है, ये पर ही साडा परिवार जिहड़ा साडा थोड़ा निर्भर करता है। प्रशासन आया से चेक कर आए थे, असी उन्होंने खुद दस्या उन्होंने, जबकि उन्होंने इतना महकमा वह सिर्फ तनखा लैन वास्ते ही बैठे देने, उन्होंने काम नहीं है जा करके देखभाल करनी कितने क्या हो रहा। पहला भी बढ़ोए ता नहीं किसी को पता लग्या, वह भी किसी पिंड वाले ने दसिया जा करके, इसका मतलब सब मिले भी हैं उन्होंने थ्रू ही काम हो रहा। जब काम हो रहा है और वो बंदे उन्होंने बिच घूमते उन्होंने पता ही नहीं उन्होंने, तुहानू की लग तो ये कहना चाहते हो कि प्रशासन के अधिकारी जिहड़े चैकिंग करते हैं पर इतों भी पता लगता जी। देखो साढ़े अज कि सत्त अठ दिन हो गए जी, सत्त अठ दिन तो अज तक कोई कार्रवाई नहीं हुई अभी तक जी, है कि नहीं बोलते जी असी पुलिस को पाती है जी उन्होंने करते उन्होंने करते पुलिस को पाया होता तो बंदे फड़ाते नहीं अभी तक, सानू कापियां नहीं दित्तियां इन्होंने, उन्होंने कापियां सानू तक नहीं दित्तियां उन्होंने जी रिपोर्ट बनाई है जी। तो हुण की मांग करदे हो तुसीं? असीं मांग करदे आं भी ये जिहड़े बंदे फड़ोएंगे और साढ़े नाल दे जिहड़े साढ़े दहने बाए दे साढ़े होर भी मालक हैगेंगे उन्हां सारयां दी मांग इही है कि असीं तुहाडे नाल हैं, ये जिन्होंने यह काम किया है उन्होंने उपर सख्त तो सख्त कार्रवाई की जाए और इहदा मुआवजा भी दिता जाए, और सरकार जो है दफा चार दे कानून के तहत इन्हों हरजाना भी पाया जाए इन्हों। हाँ जी और जेड़े ये बंदे हैगे जिन्हों बंद नाँ विच दर्ज होएंगे और ये बंदे जड़े ने उल्टियां सानू धमकियां भी दे रहे हैं, डरा धमका रहे हैं, अं देख लाँगे असी जा साडा क्या कोई कर लेगा, और असी भी यानी कि हाँ और इन्हों की पहुँच यानी कि एम एल ए तक है, एम एल ए इन्हों घर तक बुलाते हो और ये बोलते भी साडा कुछ नहीं होंगे, क्योंकि पहले भी ऐसा हो चुका है और अभी भी सानू अगे लग रहा है कि ऐसा होएगा। अगर जे प्रशासन जो है और मीडिया की रिपोर्ट जो है अगे तक पहुँचेगी तो जो कि सारिया के कना के सारिया के गल पहुँचे है कि नहीं, ता जो ये बात जी है ये जी चोरी हुई है ये दवाई ना जाए और जो चोर है उन्होंने पकड़िया जाए उस पर सख्त तो सख्त कार्रवाई की जाए, क्योंकि बहुत साडा जोड़ा इतों का रुजगार हैगा साडा इस लकड़ी के उपर ही है, ये अज यानी कि इस वारी साढ़े नाल का पिंड बड़ला है उन्हों परमिशन मिली थी उन्होंने जिते डैंप लगे है जो ठेकेदार ने ली है और ये माल जो है कि बाहर नहीं गया उन्होंने डैंप से गया है कि नहीं, लेकिन वह भी नाल मिले। खैर की नजायज कटाई जी पिछले लंबे समय तो हो रही है की कहना जी, जी नजायज कटाई हुई है तो वो बारे की कहना चाहोगे? देखो जी साढ़े जोड़े नेकनामा जंगल है ये जी नजायज कटाई हुई है तीन चार मालक की, वो संबंध में असी जी तफ्तीश की है साढ़े वन गार्ड ने जी मौके की रिपोर्ट की है, क्योंकि मौके की रिपोर्ट जी वन गार्ड राही आती है, वो रिपोर्ट जी आई है वो सत्त जड़े है दोषी आ नामजद होए आ, उन्होंने लिए असी पुलिस थाना मुख्य अफसर थाना दसूहा जी है वो परचा दर्ज करने लिखता है, तो वो कुछ माल सानू जंगल चो बरामद भी होया, दो बंदे इस तरह के सगे जिन्होंने अपना जाम जुर्म जरा वो कबूल भी कर लिया, तो उन्होंने कबूलीयत नामे उन्होंने डैमेज रिपोर्ट से दस्खत भी करते हैं, पर उन्होंने नाल होर भी गैंग आ जिहड़ा कि वह बंदा ना नहीं उन्होंने दस रहा, तो इस करके उस बंदे दे राही सारी गैंग का पता लग जाऊगा जदों उहदे खिलाफ़ परचा रजिस्टर हो के वह अपनी सारा दुध का दुध तो पानी का पानी करके दस दूगा। इलाके के लोगों का कहना है कि जंगल दे विच कई तरह के जिहड़े हैगे आ कटाई करके डंप जिहड़े हैगे आ जिहड़े समगलिंग करते आ खैर दी उन्होंने डंप भी हैगे आ, महकमे नूं पता होने के बावजूद महकमा कोई कार्रवाई नहीं करता? देखो गल ये है भी साडी रेंज दे विच मेरे को इत्थे बडला रेंज दे विच ना तो कोई किस तरह की फैक्टरी है, तो यह है भी मालकां नूं परमिट जरूर दिते जांदे आ जिहड़े 5G फैलिंग प्रोग्राम तहत होंदे आ, क्योंकि लोगों का हक बनता 5 साल तक वो इंतजार करते हैं उन्होंने आप जो जे परमिट है दिने
ਉਹ ਜ਼ਰੂਰ ਉਹ ਕਟਾਈ ਜਿਹੜੀ ਉਹ ਕਰਦੇ ਆ। ਕੀ ਕਾਰਵਾਈ ਕੀਤੀ ਜਾਏ ਹੁਣ? ਹੁਣ ਦੇਖੋ ਪਰਚਾ ਦਰਜ ਹੋ ਗਿਆ, ਪਰਚਾ ਦਰਜ ਹੋਣ ਤੋਂ ਬਾਅਦ ਜੇ ਤਾਂ ਉਹ ਆਪਣਾ ਜੁਰਮ ਕਬੂਲ ਕਰ ਲੈਣਗੇ ਠੀਕ ਹੈ, ਜੇ ਸਾਡਾ ਜੁਰਮਾਨਾ ਬਣਦਾ ਦੇਣ ਗਾਣਗੇ ਮਾਲਕ ਦੀ ਤਸੱਲੀ ਕਰਾ ਦੇਣਗੇ ਤਾਂ ਉਹਨਾਂ ਦਾ ਛੁਟਕਾਰਾ ਹੋ ਜਾਊਗਾ ਪੁਲਿਸ ਥਾਣੇ ਰਾਹੀਂ, ਜੇ ਨਹੀਂ ਹੈ ਤਾਂ ਅੱਗੇ ਕੋਰਟ 'ਚ ਚੱਲ ਜਾਊਗਾ ਕੇਸ ਉਹਨਾਂ ਦਾ।